ਲੜਕੀ ਨੇ ਉਹ ਮੰਗਦੇ ਸੀ 1 ਲੱਖ ਰੁਪਈਆ ਇੱਕ ਮੋਟਰਸਾਈਕਲ, ਉਸੇ ਕਰਕੇ 3 ਮਹੀਨੇ ਪਹਿਲਾਂ ਬੈਠੀਆਂ ਰਹੀਆਂ ਮਸਾਂ ਹੀ। ਅਸੀਂ ਪੰਚਾਇਤ ਨਾਲ ਛੱਡ ਕੇ ਆਏ, ਛੋਟਾ ਛੋਟਾ ਪਰਿਵਾਰ, ਕਮਾਈ ਕਰਨ ਵਾਲਾ ਆਇਆ ਨਹੀਂ ਕੋਈ, ਇਸੇ ਇੱਕ ਕਾਰਨ ਨਾਲ ਕੁੜੀ ਤੇ 5 ਕੁੜੀਆਂ ਨੇ ਜੀ। ਕੀ ਮੰਗ ਕਰ ਰਹੇ ਹੋ? ਕੀ ਮੰਗ ਕਰ ਰਹੇ ਸੀ? ਸਾਨੂੰ ਦੇ ਹੀ ਚਾਹੀਦਾ, ਸਾਡੀ ਕੁੜੀ ਦਾ ਸਾਨੂੰ ਸੱਚ ਮਿਲ ਜਾਏ। ਮੰਗ ਕਰਦੇ ਆ ਵੀ ਜਿਹੜਾ ਭਾਈ ਜੋ ਵੀ ਹੋਇਆ ਇਹਦੇ ਦੋਸ਼ੀਆਂ ਨੂੰ ਫੜਿਆ ਜਾਵੇ। ਇਹ ਤਾਂ ਕਹਿੰਦੇ ਨੇ ਵੀ ਕੁੜੀ ਕਰੰਟ ਨਾਲ ਮਰੀ ਹੈ, ਪਰ ਅਸੀਂ ਜਿੱਥੋਂ ਤੱਕ ਅਸੀਂ ਜਿਹੜੀ ਤਹਿ ਤੱਕ ਗਏ ਹਾਂ, ਜਿਹੜੀ ਗੱਲਾਂ ਸਾਨੂੰ ਛੱਡ ਲਵੇ ਨੇ, ਇਸ ਕੁੜੀ ਦਾ ਮਰਡਰ ਹੋਇਆ ਜੀ, ਕਤਲ ਹੋਇਆ। ਪੁਲਿਸ ਸਾਨੂੰ ਕਹਿੰਦੀ ਹੈ, ਵਿਸ਼ਵਾਸ ਦਵਾ ਰਹੀ ਹੈ ਜੀ ਵੀ ਅਸੀਂ ਕਾਰਵਾਈ ਕਰਾਂਗੇ, ਪਰਚਾ ਦੇਵਾਂਗੇ, ਜੋ ਵੀ ਬਣਦੀ ਕਾਰਵਾਈ ਕਰਨਗੇ ਜੀ। ਪਰ ਇੱਕ ਆਹ ਮੈਂ ਹੋਰ ਰਿਕੁਐਸਟ ਹੈ ਜੀ, ਜਿਹੜਾ ਆਹ ਪਰਿਵਾਰ ਹੈ ਜੀ ਮੁੰਡੇ ਵਾਲਾ ਜੀ, ਇਹਨਾਂ ਨੇ ਉੱਥੇ ਨਾਭੇ ਇੱਧਰ ਰਹਿੰਦੇ ਸੀ ਜੀ, ਇਹ ਬਰਨਾਲੇ ਕੋਲ ਜੀ, ਬਰਨਾ ਭੱਦਰਵੜ ਪਿੰਡ ਸੀ ਜੀ। ਉੱਥੋਂ ਇਹ 15 ਦਿਨਾਂ ਤੋਂ ਇੱਥੇ ਆ ਕੇ ਰਹਿਣ ਲੱਗੇ ਨੇ ਉੱਥੇ। ਉਸ ਤੋਂ ਪਹਿਲਾਂ ਜੀ ਜਦੋਂ ਬਰਨਾਲੇ ਰਹਿੰਦੇ ਰਹੇ ਨੇ ਜੀ, ਬਰਨਾਲੇ ਇਹਨਾਂ ਨੇ ਕੀ ਕਿਹਾ ਵੀ ਭਾਈ 3 ਮਹੀਨੇ ਕੁੜੀਆਂ ਪੇਕੇ ਬਿਠਾ ਕੇ ਰੱਖੀਆਂ ਜੀ। ਉਸ ਤੋਂ ਬਾਅਦ ਪੇਕੇ ਤੋਂ ਪੰਚਾਇਤ ਨਾਲ ਅਸੀਂ ਉੱਥੇ ਛੱਡ ਕੇ ਆਏ ਹਾਂ ਜੀ, ਪੰਚਾਇਤ ਨਾਲ ਛੱਡ ਕੇ ਆਏ ਹਾਂ। ਉਸ ਤੋਂ ਬਾਅਦ ਕੀ ਹੋਇਆ ਜੀ, ਇੱਥੇ ਲੈ ਕੇ ਇਹਨਾਂ ਨੇ ਮਿਲ ਕੇ ਕਤਲ ਕੀਤਾ ਜੀ। ਇਹ ਤਾਂ ਕਹਿੰਦੇ ਨੇ ਕਹਿੰਦੇ ਕਰੰਟ ਲੱਗਿਆ ਜੀ, ਵੱਡੇ ਮਾਮੇ ਨਾਲ ਮਿਲ ਕੇ ਹਾਂ ਕਰੰਟ ਲੱਗਿਆ ਜੀ। ਕਹਿੰਦੇ ਜੀ ਕਰੰਟ ਸਰ, ਅਸੀਂ ਕੂਲਰ ਨੂੰ ਆਪ ਹੱਥ ਲਾ ਕੇ ਪਾਣੀ 'ਚ ਹੱਥ ਪਾ ਕੇ ਚੈੱਕ ਕਰਕੇ ਆਏ ਹਾਂ, ਉਹਦੇ 'ਚ ਕੋਈ ਕਰੰਟ ਨਹੀਂ ਸੀ ਜੀ, ਸਾਰੀ ਮਿਲੀ ਭੁਗਤ ਹੈ ਜੀ। ਸਾਨੂੰ ਕੁੜੀ ਜਿਹੜੀ ਮਰੀ ਹੈ ਜੀ ਉਹਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਜੀ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਰਿਆਂ ਨੂੰ ਸਾਹਮਣੇ ਰੱਖ ਕੇ ਜੋ ਵੀ ਬਣਦੀ ਕਾਰਵਾਈ ਹੈ ਪੂਰੀ ਸਖਤੀ ਨਾਲ ਅਤੇ ਪੂਰੀ ਧੜੱਲੇਦਾਰ ਕਾਰਵਾਈ ਹੋਣੀ ਚਾਹੀਦੀ ਹੈ। ਸਰ ਇਹਨਾਂ ਦੀ ਬਸ ਇਹਨਾਂ ਦੀ ਜਿਹੜੇ ਇਹਨਾਂ ਦੇ ਹਸਬੈਂਡ ਸੀ ਜੀ, ਉਹ ਐਫ ਸੀ ਆਈ ਤੋਂ ਉਹਨਾਂ ਦੀ ਡੈਥ ਹੋ ਗਈ ਸੀ ਜੀ। ਉਹਨਾਂ ਨੂੰ ਪੈਸੇ ਨਾ 5-7 ਲੱਖ 10 ਲੱਖ ਰੁਪਇਆ ਮਿਲਣਾ ਸੀ, 5-10 ਲੱਖ ਰੁਪਇਆ ਮਿਲਣਾ ਸੀ ਜੀ। ਇਹਨਾਂ ਦੇ ਜਵਾਨਾਂ ਨੂੰ ਪਤਾ ਲੱਗ ਗਿਆ ਵੀ ਪੈਸੇ ਮਿਲਣੇ ਨੇ ਜੀ, ਅਤੇ ਉਹ ਨਾ ਇਹਨਾਂ ਤੋਂ ਪੈਸਿਆਂ ਦੀ ਅਤੇ ਮੋਟਰਸਾਈਕਲਾਂ ਦੀ ਮੰਗ ਕਰਨ ਲੱਗ ਗਏ ਜੀ। ਅਸੀਂ ਉੱਥੋਂ ਚੱਲੇ ਹਾਂ ਜੀ ਪ੍ਰਾਹੁਣੇ ਨਾਲ ਫੋਨ ਕਰਿਆ ਮੁੰਡੇ ਨੇ, ਭਤੀਜੇ ਮੇਰੇ ਨੇ, ਉਹ ਪ੍ਰਧਾਨ ਦੇ ਭਰਾ ਨੇ, ਉਸ ਨੂੰ ਅੱਗੇ ਤੋਂ ਪੁੱਠਾ ਬੋਲਿਆ ਤਾਂ ਅਸੀਂ ਉੱਥੋਂ ਜਿਉਂ ਚੱਲੇ ਹਾਂ, ਅਸੀਂ ਸਿੱਧੇ ਜਿੱਥੇ ਕਮਰਾ ਇਹਨਾਂ ਨੇ ਲਿਆ ਸੀ, ਛੋਟਾ ਜਿਹਾ ਕਮਰਾ, ਇੱਕ ਅੰਦਰ ਕੂਲਰ ਲੱਗਿਆ ਹੋਇਆ, ਇੱਕ ਬਾਹਰ ਪਿਆ। ਅੰਦਰ ਵਾਲਾ ਕੂਲਰ ਵੀ ਤਾਂ ਚੱਲਦਾ ਹੋਊ, ਇੱਕ ਛੋਟੇ ਜਿਹੇ ਕਮਰੇ ਦੇ ਵਿੱਚ 2 ਕੂਲਰਾਂ ਦਾ ਕੀ ਮਤਲਬ ਹੈ? ਫਿਰ ਅਸੀਂ ਜਦੋਂ ਚੈੱਕ ਕਰਿਆ ਕੂਲਰ ਚਲਾ ਕੇ, ਅਸੀਂ ਉਹਦੇ 'ਚ ਕੋਈ ਕਰੰਟ ਨਹੀਂ, ਪਾਣੀ ਦੇ ਵਿੱਚ ਵੀ ਹੱਥ ਪਾ ਕੇ ਦੇਖ ਲਿਆ ਚਲਾ ਕੇ, ਉਹਦੇ 'ਚ ਕੋਈ ਕਰੰਟ ਨਹੀਂ। ਅੱਛਾ, ਜਦੋਂ ਤਾਰ ਚੈੱਕ ਕਰੀ, ਨਾਲ ਇੰਨੀ ਲੰਮੀ ਤਾਰ ਉਹ ਅੱਗੇ ਤੋਂ ਕੱਟੀ ਹੋਈ ਹੈ, ਨਾਲ ਲਮਕ ਰਹੀ ਹੈ। ਆਹ ਮੌਕਾ ਮੈਂ ਖੁਦ, ਮੈਨੂੰ ਤਾਂ ਇਹ ਲੱਗਦਾ ਵੀ ਮਾਰੀ ਹੈ ਇਹ। ਪੁਲਿਸ ਨੇ ਕੁਛ ਨਹੀਂ ਕੀਤਾ ਜੀ, ਐਸ ਐਚ ਓ ਸਾਹਿਬ ਤਾਂ ਹੈ ਨਹੀਂ ਸੀਗੇ, ਏ ਐਸ ਆਈ ਨੂੰ ਅਸੀਂ ਮਿਲੇ ਸੀ ਵੀ ਸਾਡੀ ਕਾਰਵਾਈ ਪਾ ਲਓ। ਅਸੀਂ ਰਾਤ 9:30 ਵਜੇ ਇੱਥੇ ਆ ਕੇ ਗਏ ਹਾਂ, ਉਹ ਕਹਿੰਦੇ ਜੀ ਆਪਣਾ ਮੈਡੀਕਲ ਰਿਪੋਰਟ ਆਊਗੀ ਫਿਰ ਕਰਾਂਗੇ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਹਾਂਜੀ, ਸਰਕਾਰ ਤੋਂ ਹੁਣ ਸਾਫ ਮੰਗ ਕਰ ਰਹੇ ਹਾਂ ਜੀ, ਹੋਰ ਸਾਨੂੰ ਕੀ ਚਾਹੀਦਾ? ਜਿਹੜੇ ਪੇਕਾ ਪਰਿਵਾਰ ਆ ਜੀ, ਮਾਤਾ ਮੁਖਤਿਆਰੋ ਦੇਵੀ ਜਿਹੜੇ ਅੱਜ ਆਏ ਨੇਗੇ, ਇਹ ਉਹਨਾਂ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਹੈ, ਠੀਕ ਹੈ ਜੀ, ਪੋਸਟਮਾਰਟਮ ਕਰਾ ਕੇ ਉਹਦੇ ਅਨੁਸਾਰ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ। ਜੋ ਤਫਤੀਸ਼ ਦੌਰਾਨ ਸਾਹਮਣੇ ਆਊਗਾ ਉਹਦੇ ਮੁਤਾਬਿਕ ਕਾਰਵਾਈ ਕਰੂਗਾ।